औकात औकात इन्ना कबूतर सुज जाते ने भी वह बेचारे कबूतर घर भी नहीं पहुँच सकते, बाहरों लियाने पैंदे चक के उन्होंने कुंदे पर जड़े आने मतलब छल हो जाते ने ਬਈ ਉਹ ਕਬੂਤਰ ਘਰ ਨਹੀਂ ਪਹੁੰਚ ਸਕਦਾ, ਜੋੜਾਂ 'ਚ ਵੀ ਪਾਣੀ ਪੈ ਗਿਆ ਉਹਨਾਂ ਜੀ, ਉਹਨੂੰ ਕਹਿੰਦੇ ਆ ਸੁਜਣਾ ਸੁਜਣਾ ਜੀ ਆ। ਜਿਵੇਂ ਜਿਵੇਂ ਦਰਜਾ ਹਰਾਰਤ ਆ ਉਵੇਂ ਉਵੇਂ ਹੀ ਸਾਂਭਾ ਨੇ, ਉਵੇਂ ਉਵੇਂ ਹੀ ਕਾੜਾ ਵਾ, ਉਵੇਂ ਉਵੇਂ ਹੀ ਮੋੜ ਆ। ਅਤੇ ਜਿਹੜੇ ਬੰਦੇ ਇੱਕੋ ਗੱਲ 'ਤੇ ਹੀ ਲੱਗ ਗਏ ਲਕੀਰ ਦੇ ਫਕੀਰ ਹੋ ਗਏ, ਉਹ ਫਿਰ ਘਾਟੇ 'ਚ ਪੁੱਤ ਰਹਿ ਗਏ। ਆਏ ਕਬੂਤਰ ਨੂੰ ਆਪਣੇ ਲਹਿੰਦੇ ਪੰਜਾਬ 'ਚ ਕਿਸ ਤਰੀਕੇ ਨਾਲ ਸੰਭਾਲਦੇ ਨੇ ਜਾਂ ਤੁਸੀਂ ਕਿਸ ਤਰੀਕੇ ਨਾਲ ਸੰਭਾਲਦੇ? ਅਸਲ ਗੱਲ ਇਹ ਆ ਵੀ ਸੰਭਾਲ ਦੇ ਮੁਖਤਲਿਫ ਟਾਈਮ ਨੇ, ਸੰਭਾਲ ਦੇ ਮੁਖਤਲਿਫ ਟਾਈਮ ਨੇ। ਹੀਟ ਦੇ ਵਿੱਚ ਹੋਰ ਤਰ੍ਹਾਂ ਕਬੂਤਰ ਨੂੰ ਸਾਂਭਿਆ ਜਾਂਦਾ, ਰਸਮੇ ਦਿਨਾਂ ਦੇ ਵਿੱਚ ਕਬੂਤਰ ਨੂੰ ਹੋਰ ਤਰ੍ਹਾਂ ਸਾਂਭਿਆ ਜਾਂਦਾ। ਅੱਛਾ ਫਿਰ ਨਡਾਲ ਆ ਕਬੂਤਰ ਨੂੰ ਹੋਰ ਤਰ੍ਹਾਂ ਸਾਂਭਿਆ ਜਾਂਦਾ। ਅਗਰ ਸਿਰ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕਮ ਜੀ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਅਹਿਬਾਬ ਸਾਨੂੰ ਹੋਰ ਮੁਲਕਾਂ 'ਚ ਵੇਖਦੇ ਨੇ, ਤਮਾਮ ਦੋਸਤਾਂ ਅਤੇ ਵੀਰਾਂ ਨੂੰ ਮੇਰਾ ਸਲਾਮ ਕਬੂਲ ਹੋਵੇ। ਮੈਂ ਹਾਂ ਤੁਹਾਡਾ ਭਰਾ ਲਹਿੰਦੇ ਪੰਜਾਬ ਤੋਂ ਅਲ ਇਮਰਾਨ, ਅਤੇ ਅੱਜ ਅਸੀਂ ਮਾਸ਼ਾਅੱਲਾ ਵਿਹਾੜੀ ਅਤੇ ਲੈਜੰਡ ਉਸਤਾਦ ਜਨਾਬ ਉਸਤਾਦ ਹਾਜੀ ਮੁਹੰਮਦ ਅਸਲਮ ਸਾਹਿਬ, ਜਿਹੜੇ ਕਿ ਸ਼ਾਗਿਰਦੇ ਖਾਸ ਨੇ, ਲੈਜੰਡ ਉਸਤਾਦ ਅਬਦੁੱਲਾ ਔਰ ਅਬਦੁੱਲਾ ਲੋਹਾਰ, ਠੀਕ ਹੈ ਜੀ। ਅਤੇ ਅੱਜ ਅਸੀਂ ਉਹਨਾਂ ਦੇ ਕੋਲੋਂ ਬਹੁਤ ਸਾਰੀਆਂ ਇਸ ਕਬੂਤਰਬਾਜ਼ੀ ਦੇ ਮੁਤਲਕ ਪਿਆਰੀਆਂ ਪਿਆਰੀਆਂ ਅਤੇ ਖੂਬਸੂਰਤ ਗੱਲਾਂ ਪੁੱਛਾਂਗੇ। ਇਹਨਾਂ ਦਾ ਇਸ ਸ਼ੌਕ ਦੇ ਵਿੱਚ ਕਿਵੇਂ ਟਾਈਮ ਗੁਜ਼ਰਿਆ ਔਰ ਕਿਸ ਤਰੀਕੇ ਨਾਲ ਗੁਜ਼ਰ ਰਿਹਾ, ਔਰ ਕਿਵੇਂ ਇਹਨਾਂ ਨੇ ਬਾਜ਼ੀਆਂ ਖੇਡੀਆਂ, ਕਿਸ ਤਰੀਕੇ ਨਾਲ ਇਹਨਾਂ ਨੇ ਮੁਨਸਬੀ ਕੀਤੀ ਔਰ ਕਿਸ ਤਰੀਕੇ ਇਸ ਸ਼ੌਕ ਦੇ ਵਿੱਚ ਆਏ, ਇਸ ਤਰ੍ਹਾਂ ਦੇ ਕਾਫੀ ਸਾਰੇ ਦਿਲਚਸਪ ਸਵਾਲ ਹੋਣਗੇ। ਨਾਲ ਸਾਡੇ ਨਵੇਂ ਵਿਊਵਰਸ ਨੇ ਜਿਹੜੇ ਵੇਖਣ ਵਾਲੇ ਨਵੇਂ ਸ਼ੌਕੀਨ ਭਾਈ ਨੇ, ਉਹਨਾਂ ਨੂੰ ਵੀ ਇਨਸ਼ਾਅੱਲਾ ਤਾਲਾ ਬਹੁਤ ਸਾਰੀਆਂ ਟਿੱਪਾਂ ਵੀ ਮਿਲਣਗੀਆਂ। ਅਤੇ ਇਹ ਵਾਲਾ ਇੰਟਰਵਿਊ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਵੇਖਣਾ ਔਰ ਸਕਿੱਪ ਕਰਕੇ ਨਾ ਵੇਖਣਾ। ਮੈਂ ਅੱਗੇ ਵੀ ਆਲਰੇਡੀ ਕਹਿੰਦਾ ਵਾਂ ਕਿ ਜਦੋਂ ਤੁਸੀਂ ਸਕਿੱਪ ਕਰਦੇ ਹੋ ਕਈ ਸਾਰੀਆਂ ਐਸੀਆਂ ਗੱਲਾਂ ਨਿਕਲ ਜਾਂਦੀਆਂ ਨੇ ਜਿਹੜੀਆਂ ਸੁਣਨ ਦੇ ਕਾਬਲ ਹੁੰਦੀਆਂ ਨੇ। ਹੁਣ ਮੈਂ ਤੁਹਾਡਾ ਟਾਈਮ ਨਹੀਂ ਜ਼ਾਇਆ ਕਰਦਾ, ਆਉਂਦਾ ਵਾਂ ਉਸਤਾਦਾਂ ਦੀ ਤਰਫ। ਅਸਲਾਮ ਅਲੈਕਮ ਜੀ। ਜੀ ਜੀ, ਵਾਲੇਕੁਮ ਅਸਲਾਮ, ਬਿਸਮਿਲ੍ਲਾ ਰਹਿਮਾਨ ਰਹੀਮ ਜੀ। ਅੱਲਾ ਦਾ ਕਰਮ ਜੀ, ਬਿਲਕੁਲ ਠੀਕ ਠਾਕ। ਬਹੁਤ ਸ਼ੁਕਰੀਆ ਤੁਸੀਂ ਯਾਦ ਕੀਤਾ ਜੀ, ਬੜੀ ਮਿਹਰਬਾਨੀ ਜਨਾਬ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਉਸਤਾਦ ਜੀ ਕਿ ਕੁਝ ਦਿਨ ਪਹਿਲੇ ਤੁਹਾਨੂੰ ਹਾਰਟ ਅਟੈਕ ਵੀ ਆਇਆ ਸੀ। ਬਿਲਕੁਲ ਬਿਲਕੁਲ। ਤੇ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ ਜੀ। ਤੇ ਮੈਂ ਤੁਹਾਡੇ ਨਾਲ ਰਾਬਤਾ ਕੀਤਾ ਕਿ ਉਸਤਾਦ ਜੀ ਮੈਂ ਤੁਹਾਡਾ ਇੰਟਰਵਿਊ ਕਰਨਾ ਚਾਹੁੰਦਾ। ਹਾਂਜੀ। ਤੇ ਤੁਸੀਂ ਇੱਕੋ ਕਾਲ ਤੇ ਹਾਂ ਕੀਤੀ ਤੇ ਨਾਲ ਮੈਂ ਵੀ ਕਿਹਾ ਕਿ ਸਾਡੇ ਚੜ੍ਹਦੇ ਪੰਜਾਬ ਦੇ ਦੋਸਤ ਬਾਪ ਤੁਹਾਨੂੰ ਸੁਣਨਾ ਚਾਹੁੰਦੇ ਨੇ ਜੀ। ਬੜੀ ਮਿਹਰਬਾਨੀ। ਅਸਲ ਗੱਲ ਇਹ ਆ ਵੀ ਇਸ ਸ਼ੌਕ ਦੇ ਨਾਲ ਹਮੇਸ਼ਾ ਤੋਂ ਹੀ ਰਿਲੇਟਡ ਰਹੇ ਹਾਂ, ਅਤੇ ਇਸ ਸ਼ੌਕ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਮੈਂ ਇਨਸ਼ਾਅੱਲਾ ਤਾਲਾ ਦੋਸਤਾਂ ਦਾ ਤਾਬੇਦਾਰ ਹਾਂ, ਅਤੇ ਇਹ ਸ਼ੌਕ ਦਾ ਮਾਮਲਾ ਸੀਗਾ, ਇਸ ਵਾਸਤੇ ਮੈਂ ਨਾ ਨਹੀਂ ਕਰ ਸਕਿਆ ਨਾ। ਹਾਂ ਹਾਂ, ਯਕੀਨਨ ਮੇਰੀ ਤਬੀਅਤ ਅੱਛੀ ਨਹੀਂ, ਮੈਂ ਪੂਰੀ ਤਰ੍ਹਾਂ ਬੋਲ ਨਹੀਂ ਸਕਦਾ, ਲੇਕਿਨ ਇਹਦੇ ਬਾਵਜੂਦ ਵੀ ਲੇਕਿਨ ਜਦੋਂ ਸਾਡੇ ਸ਼ੌਕ ਦੀ ਗੱਲ ਆਉਂਦੀ ਆ, ਸਾਡੇ ਦੋਸਤਾਂ ਦੀ ਗੱਲ ਆਉਂਦੀ ਆ, ਤਾਂ ਫਿਰ ਹਰ ਚੀਜ਼ ਜਿਹੜੀ ਉਹ ਪਿੱਛੇ ਆ, ਸਭ ਤੋਂ ਪਹਿਲਾਂ ਮੇਰੇ ਦੋਸਤ ਤੁਸੀਂ ਜਾਂ ਮੇਰੇ ਦੋਸਤ ਜਾਂ ਮੇਰਾ ਸ਼ੌਕ ਜੀ। ਚੜ੍ਹਦੇ ਪੰਜਾਬ ਵਾਲੇ ਦੋਸਤ ਬਾਬ ਲਹਿੰਦੇ ਪੰਜਾਬ ਦੇ ਜਿੰਨੇ ਉਸਤਾਦਾਂ ਨੇ ਜੀ, ਬੜੀ ਮੁਹੱਬਤ ਦੀ ਨਿਗਾਹ ਨਾਲ ਵੇਖਦੇ ਨੇ ਜੀ। ਜੀ, ਬੜੀ ਮਿਹਰਬਾਨੀ ਜਨਾਬ। ਅਤੇ ਉਸਤਾਦ ਮੋਹਤਰਮ, ਅਸੀਂ ਜਿਹੜਾ ਇੰਟਰਵਿਊ ਦਾ ਜਿਹੜਾ ਸਵਾਲਾਂ ਦਾ ਸਿਲਸਿਲਾ ਸਟਾਰਟ ਕਰਦੇ ਹਾਂ ਤੁਹਾਡੇ ਤੋਂ, ਕਿ ਪਹਿਲੇ ਤਾਂ ਤੁਸੀਂ ਆਪਣਾ ਮੁਕੰਮਲ ਨਾਮ ਦੱਸੋ ਜੀ। ਜੀ, ਮੇਰਾ ਨਾਂ ਜੀ ਹਾਜੀ ਮੁਹੰਮਦ ਅਸਲਮ, ਮਾਰੂਫ ਹਾਜੀ ਮੁਹੰਮਦ ਅਸਲਮ ਮਾਛੀਵਾਲ ਵਾਲੇ। ਮਾਸ਼ਾਅੱਲਾ। ਅੱਲਾਹ ਤਾਲਾ ਦੀ ਜ਼ਾਤ ਪਾਕ ਨੇ ਇਸ ਨਾਂ ਤੋਂ ਬੜੀ ਇੱਜ਼ਤ ਲਾਈ ਜੀ। ਅਤੇ ਮੇਰੇ ਉਸਤਾਦ ਮੋਹਤਰਮ ਨੇ ਜਨਾਬ ਮੁਹੰਮਦ ਅਬਦੁੱਲਾ ਲੋਹਾਰ ਉਰਫ ਦੁੱਲਾ ਲੋਹਾਰ, ਇਹ ਬੜੀ ਦਿਲਚਸਪ ਗੱਲ ਆ। ਅਸਲ ਇਹ ਵੀ ਕੁਦਰਤੀ ਤੌਰ 'ਤੇ ਮੈਂ ਜਦੋਂ ਅੱਖ ਖੋਲ੍ਹੀ ਆ ਨਾ ਜੀ, ਅਤੇ ਸਾਡੇ ਘਰ ਦੇ ਵਿੱਚ ਕਬੂਤਰ ਸਨ। ਕਿਆ ਬਾਤ ਆ ਜੀ। ਜੀ ਜੀ, ਮੇਰੇ ਜੀ ਹਾਂ ਜੀ,
मेरे वालद साहब नू ये शौक सी जी, सही जी। ते इंडिया तो ही मेरे वालद साहब मतलब अब ये शौक कर दे आए। हाँ जी ठीक है ना जी। बेसिकली वो मतलब अभी इंडिया तो ही पाकिस्तान आए जी माइग्रेशन करके हैं। माइग्रेशन करके ठीक है ना जी। हिजरत करके आए जी, हिजरत करके आए। वो अमृतसर दे रहने वाले सन, हड़प्पे बाजियां पै गई ते बाजियां पै गई फैज कृपाल के नाल। बड़े बड़े जी बिल्कुल इंडिया पाकिस्तान का एक मतलब अभी बहुत बड़ा ना। हाँ जी ठीक है जी। ਉਹਨਾਂ ਦੇ ਵਿੱਚੋਂ ਕਬੂਤਰਬਾਜ਼ੀ ਪੈਦਾ ਹੋਈ, ਉਹਨਾਂ ਨਾਲ ਬਾਜ਼ੀਆਂ ਹੋ ਗਈਆਂ ਜੀ। ਅਤੇ ਉਸਤਾਦ ਹੋਣਾ ਨੇ ਬਾਜ਼ੀ ਛੱਡੀ ਜੀ, ਕਾਰੀਆਂ ਬਾਜ਼ੀਆਂ ਸਨ ਜੀ, ਅਤੇ ਉਹਨਾਂ ਨੇ ਉਹਨਾਂ ਨਾਲ ਬਾਜ਼ੀ ਛੱਡੀ। ਉਸਤਾਦ ਹੋਣੀ ਪਹਿਲੇ ਦਿਨ ਦੀ ਬਾਜ਼ੀ ਜਿੱਤ ਗਏ। ਉਹ ਜਿਸ ਟਾਈਮ ਬਾਜ਼ੀ ਜਿੱਤ ਗਏ, ਉਹਨਾਂ ਦੇ ਕਿਸੇ ਦੋਸਤ ਨੇ, ਸਾਰੇ ਦੋਸਤ ਦਰਖਤ ਦੇ ਥੱਲੇ ਬੈਠੇ ਹੋਏ ਸੀਗੇ, ਅਤੇ ਉਹਨਾਂ ਦੇ ਕਿਸੇ ਦੋਸਤ ਨੇ ਕਿਹਾ, ਉਹਨੇ ਕਿਹਾ ਜੀ ਇਹ ਜਿਹੜਾ ਦੁੱਲੇ ਦਾ ਕਬੂਤਰ ਜਿੱਤਿਆ, ਇਹਨੇ ਸਾਡੇ ਕਬੂਤਰ ਨੂੰ ਕੀ ਜਿੱਤਣਾ ਸੀ, ਲੱਟ ਜਿਹਾ ਕਬੂਤਰ ਆ, ਅਤੇ ਸਾਡੇ ਕੋਲੋਂ ਹੀ ਗਲਤੀ ਹੋਈ, ਅਤੇ ਮਤਲਬ ਇਹ ਵੀ ਸਾਡਾ ਕਬੂਤਰ ਹਾਰ ਗਿਆ, ਇਹਦੀ ਕੀ ਔਕਾਤ ਆ ਸਾਡੇ ਕੋਲੋਂ ਜਿੱਤ ਦਾ। ਉਸਤਾਦ ਫਿਰੋਜ਼ਪੁਰੀਆ ਸੀ, ਅਤੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜਿਹੜੇ ਥੋੜ੍ਹੇ ਜਿਹੇ ਗਰਮਬਾਜ਼ ਇਲਾਕੇ ਚੁਣੇ ਗਏ ਆ ਪੰਜਾਬ ਦੇ ਵਿੱਚੋਂ, ਸਾਡੇ ਦੋਸਤ ਜਿਹੜੇ ਚੜ੍ਹਦੇ ਪੰਜਾਬ ਵਾਲੇ ਆ, ਇਹ ਇਸ ਚੀਜ਼ ਨੂੰ ਸਮਝਦੇ ਹੋਣਗੇ, ਇਹ ਥੋੜ੍ਹੇ ਜਿਹੇ ਗਰਮਬਾਜ਼ ਲੋਕ ਨੇ। ਉਹਨੇ ਆਖਿਆ ਉਰੇ ਆ ਭਾਈ ਕੀ ਗੱਲ ਕਹਿੰਦਾ, ਉਹਨੇ ਕਿਹਾ ਯਾਰ ਗੱਲ ਤਾਂ ਇਹ ਆ ਵੀ ਤੇਰਾ ਕਬੂਤਰ ਸਾਡੇ ਕਬੂਤਰ ਨੂੰ ਗਲਤੀ ਨਾਲ ਜਿੱਤ ਗਿਆ। ਉਹਨੇ ਕਿਹਾ ਇੰਝ ਫਿਰ ਆਪਾਂ ਗਲਤੀ ਕੱਢ ਲੈਂਦੇ ਹਾਂ, ਤੂੰ ਇਸ ਤਰ੍ਹਾਂ ਕਰ, ਤੂੰ ਸਵੇਰੇ ਨਵਾਂ ਛੱਡ, ਮੈਂ ਇਹੀ ਛੱਡਦਾ, ਕਿਆ ਬਾਤ ਹੈ, ਕਿਆ ਤੈਨੂੰ ਪਤਾ ਲੱਗੇ, ਤੂੰ ਗਲਤੀ ਆਪਦੀ ਕੱਢ, ਮੈਂ ਤੇਰੀ ਕੱਢਾਂ, ਕਿਆ ਬਾਤ। ਬਾਜ਼ੀ ਹੋ ਗਈ ਜਨਾਬ, ਜਿਸ ਟਾਈਮ ਬਾਜ਼ੀ ਹੋ ਗਈ, ਅਗਲੇ ਦਿਨ ਬਾਜ਼ੀ ਛੱਡ ਦਿੱਤੀ। ਉਸਤਾਦ ਨੇ ਮਤਲਬ ਇਹ ਵੀ 2:30 ਵਜੇ ਉਹਨੂੰ ਫਿਰ ਜਿੱਤ ਲਿਆ, 2:30-3 ਵਜੇ ਜਿੱਤ ਕੇ ਸ਼ਾਮ ਨੂੰ ਉਸਤਾਦ ਦਾ ਕਬੂਤਰ ਬੈਠਾ। ਉਹਨੇ ਕਿਹਾ ਗੱਲ ਸੁਣ, ਮਤਲਬ ਇਹ ਆ ਕੱਲ ਤੂੰ ਤੈਨੂੰ ਗਲਤੀ ਹੋਈ ਸੀ, ਅੱਜ ਮੈਨੂੰ ਹੋਈ, ਸਵੇਰੇ ਫਿਰ ਇਹਨੂੰ ਮੈਂ ਇਸੇ ਨੂੰ ਛੱਡਾਂ, ਤੂੰ ਨਵਾਂ ਛੱਡ। ਕਿਆ ਬਾਤ। ਹਾਂਜੀ ਸਵੇਰ ਦੀ ਫਿਰ ਬਾਜ਼ੀ ਹੋ ਗਈ, ਉਸਤਾਦ ਨੇ ਉਹੀ ਛੱਡਿਆ, ਉਹਨਾਂ ਨੇ ਨਵਾਂ ਛੱਡਿਆ। ਅੱਲਾ ਪਾਕ ਨੇ ਕਰਮ ਕੀਤਾ, ਉਸਤਾਦ ਨੇ ਤੀਸਰੇ ਦਿਨ ਫਿਰ ਜਿੱਤ ਲਿਆ, ਚੌਥੇ ਦਿਨ ਫਿਰ ਜਿੱਤ ਲਿਆ। ਕਿਆ ਬਾਤ। ਉੱਥੋਂ ਫਿਰ ਉਸਤਾਦ ਨੂੰ, ਹਾਂ ਉਸਤਾਦ ਨੂੰ ਉੱਥੋਂ ਕਿਹਾ ਜੀ ਇਹ ਜਾਦੂ ਕਰਦਾ ਵਾ ਕਬੂਤਰਾਂ ਨੂੰ, ਸਾਡਿਆਂ ਨੂੰ ਤੇ ਜਿੱਤ ਲੈਂਦਾ ਅੱਜ। ਹਾਂਜੀ ਇਹ ਉਹਨਾਂ ਉਸਤਾਦਾਂ ਦੀ ਗੱਲ ਆ ਜਿਹੜੇ ਇੰਡੀਆ ਪਾਕਿਸਤਾਨ ਦੇ ਲੇਜੈਂਡ ਪਲੇਅਰ ਸਨ। ਫੈਜ਼ ਕਿਰਪਾਲ ਕਿਆਂ ਦਾ ਨਾਂ ਕੋਈ ਐਵੇਂ ਨਹੀਂ, ਇਹ ਸੱਚ ਗੱਲ ਹੈ, ਇਹ ਕੋਈ ਨਿਆਣਿਆਂ ਦੀ ਗੇਮ ਨਹੀਂ ਸੀ ਜੀ। ਇਮਰਾਨ ਭਾਈ ਉਹ ਇੰਡੀਆ ਪਾਕਿਸਤਾਨ ਦੇ ਬੜੇ ਉਸਤਾਦ ਨੇ, ਬੇਸ਼ੱਕ। ਹਾਂਜੀ ਦੁਨੀਆ ਇਹਤਰਾਮ ਕਰਦੀ, ਅਸੀਂ ਵੀ ਇਹਤਰਾਮ ਕਰਦੇ ਹਾਂ ਉਹਨਾਂ ਦਾ, ਠੀਕ ਹੈ ਜੀ। ਉਸਤਾਦ ਨੇ ਸਵੇਰੇ ਉਹਨੂੰ ਫਿਰ ਛੱਡਿਆ, ਫਿਰ ਜਿੱਤ ਗਿਆ, ਫਿਰ ਛੱਡਿਆ, ਫਿਰ ਜਿੱਤ ਗਿਆ। ਉੱਥੋਂ ਫਿਰ ਦੁੱਲਾ ਦਿਲ ਨੂੰ ਲੱਗ ਗਿਆ। ਇੱਕ ਦਫ਼ਾ ਨਾ ਜੀ ਇਹ ਬਹੁਤ ਸ਼ਾਨਦਾਰ ਦਿਲਚਸਪ ਵਾਕਿਆ, ਬੜਾ ਪਿਆਰਾ ਵਾਕਿਆ। ਮਲਕਾਂ ਵਾਲੀ ਵਿਆੜੀ ਮਤਲਬ ਇਹ ਆ ਵੀ ਪਾਕਿਸਤਾਨ ਦੇ ਬਹੁਤ ਬੜੇ ਬੜੇ ਉਸਤਾਦ, ਜਿਨ੍ਹਾਂ ਦੇ ਵਿੱਚ ਸਰਦਾਰ ਮੁਹੰਮਦ ਸਦੀਕ ਡੋਗਰ ਮਰਹੂਮ, ਅੱਲਾ ਜੰਨਤ ਉਲ ਫਿਰਦੌਸ ਦੇ ਵਿੱਚ ਜਗ੍ਹਾ ਦੇਵੇ, ਪਾਕਿਸਤਾਨ ਇੰਡੀਆ ਪਾਕਿਸਤਾਨ ਦਾ ਇੱਕ ਤਾਰੀਖ ਸਾਜ਼ ਪਲੇਅਰ, ਉਹ ਵੀ ਜੀ ਉਹ ਵੀ ਬੈਠੇ ਹੋਏ ਸਨ। ਪੀਰ ਨਵਾਜ਼ ਸ਼ਾਹ ਬੋਦਲਾ, ਮੀਆਂ ਮੁਹੰਮਦ ਖੁਰਸ਼ੈਦ ਅਹਿਮਦ ਬੇਗੋਕਾ, ਇਸ ਤਰ੍ਹਾਂ ਦੇ ਫਿਰ ਬਸ਼ੀਰ ਅਹਿਮਦ ਨਾਗਰੇਵਾਲਾ, ਮਤਲਬ ਇਸ ਤਰ੍ਹਾਂ ਦੇ ਜਿਹੜੇ ਪਾਕਿਸਤਾਨ ਦੇ ਬੜੇ ਨਾਂ, ਉਸਤਾਦ ਗਫੂਰ ਅਹਿਮਦ 75 ਵਾਲਾ, ਜਿਹੜੇ ਮਤਲਬ ਬੜੇ ਕਬੂਤਰਬਾਜ਼ੀ ਨੀਚੀ ਦੀ ਕਬੂਤਰਬਾਜ਼ੀ ਦੇ ਮਤਲਬ ਥੰਮ ਕਹਿ ਲਓ ਤਾਰੀਖਾਂ, ਬਹੁਤ ਅੱਛੇ ਉਸਤਾਦ, ਇਹ ਤਮਾਮ ਲੋਕ ਬੈਠੇ। ਗਰਮੀ ਬੜੀ ਸ਼ਦੀਦ ਹੋਵੇ, 2 ਵਜੇ ਦਾ ਟਾਈਮ ਹੋਵੇ, ਇੱਕ ਕਬੂਤਰੀ ਅਤੇ ਕਬੂਤਰ ਸਰਦਾਰ ਦੇਵਾ ਸਿੰਘ ਨੇ ਇੰਡੀਆ ਦੇ ਵਿੱਚੋਂ ਸਰਦਾਰ ਸਦੀਕ ਨੂੰ ਭੇਜਿਆ। ਦੇਵਾ ਸਿੰਘ ਨਾਮ ਦਾ ਸਰਦਾਰ ਦੇਵਾ ਸਿੰਘ ਸੀ, ਉਹਦੇ ਕਬੂਤਰ ਸਨ, ਉਹਨੇ ਇੱਕ ਨੀਲੀ ਕਬੂਤਰੀ ਅਤੇ ਲਾਲ ਸਿਰਾ ਕਬੂਤਰ ਕਲਾਇਆ। ਸਰਦਾਰ ਨੇ ਉਹ ਮਲਕ ਲਿਆਕਤ ਨੂੰ ਗਿਫਟ ਦੇ ਦਿੱਤਾ। ਉਹਨਾਂ ਨੇ ਇੱਕ ਬੱਚਾ ਕੱਢਿਆ, ਚਿੱਟੀ ਸਫੈਦ ਚਿੱਟੀ ਅੱਖ ਦਾ, ਰੱਤੇ ਉਹਦੇ ਛਿੰਬ ਹੋਣ, ਬਹੁਤ ਆਲਾ, ਲੇਕਿਨ ਉਹ ਉਸ ਬਾਜ਼ੀ ਦੇ ਵਿੱਚ ਕੱਚਾ ਛੁੱਟ ਗਿਆ। ਸਹੀ ਟਾਈਮ ਨਾ ਮਿਲਿਆ, ਕੱਚਾ ਛੁੱਟ ਗਿਆ, 2 ਵਜੇ ਬੈਠਾ, ਸ਼ਦੀਦ ਗਰਮੀ ਅਤੇ ਮੂਧਾ ਹੋ ਗਿਆ।
बाद छुट्टी हुई सी 40-45 कबूतर छुट्टे हुए सन जदों मलकां वाली विहाड़ी दे विच मतलब यह भी कबूतर छोड़ते सन 45-50-55 पाकिस्तान के बड़े उस्ताद आते सन सीधे छोड़ते सन जी सीधे कबूतर छोड़ते सन उदों ते कबूतर मूदा पिया होया सी ते गुलाम रसूल लटां ला करके एक बजुर्ग होए ने अल्लाह उन्हां नूं वी जन्नतुल फिरदौस जगह देवे वो नंघ के कोलों दी कहिंदे शरारत दे नाल मजाक कीता आंदे दुल्ले लुहार दा मोड़ बड़ा तगड़ा है। हाँ सही दुल्ला लुहार यार किसी कबूतर नूं ही मोड़दा होवेगा ऐदा की करूगा जदों के उस कबूतर दी जान निकलदी होवे मूदा पिया होवे। उस्ताद मैं अगे भी अर्ज की भी फिरोजपुरिया सी मैं बुड़क जाता सी उस्ताद ने कहा सुलिया की कहना है उन्हें कहा दुलिया जे इनू मुड़े तो स्वाद आ उन्हें कहा यार इंज नहीं दुलिया गुलाम रसूल उन्हें कहा मैं इनू मोड़ा मैं इनू छड़ा तू सवेरे नवा छड़ तेनू पता लगे भी दुल्ले लुहार ने कबूतर मोड़िया दुनिया मसाला दवे जदों जदों तक नीची दी कबूतरबाजी रवे लोग मसाला देन आ जिहड़ी दुनिया कट्ठी होई होई है इन्हां नूं पता लगे भी उस्तादी ना केड़ी शायद आ क्या बात कबूतर नूं बचाउणा औखा है इहदी जान निकलण डई आ इही कबूतर सवेरे उड्डे स्वाद ते फेर आ उहने कहा दुल्या नहीं हो सकदा उहने कहा होगी उहने कहा जी होगी सवेर दी उस जमाने दे विच 5-5 हज़ार की बाजी हुई जो 100 रुपए की बाजी नू बड़ी बाजी समझा जाता थी उस टाइम तो बड़ा पैसे है जी 5,000 रुपये की बाजी होगी कबूतर उस्ताद ने फड़ लिया मैनू आंदा लै भी उस जमाने मोटरसाइकिल किसे बंदे को सैकलों पर जाना या पैदल जाना उस्ताद कहिंदा यार गल ये भी तू जा अलवी आलिया को पनसार आलिया को फलां फलां चीज़ा लैके आ ते आपां इनू कबूतर नूं बनाइए। मैं जी रियाज़ अहमद डोगर साहब ने बूरे वाले दे सहबे असीयत उदों भी सन तो अज भी इन्हां दी अल्लाह दी करम नवाजी उन्हां दी साढ़े बड़े प्यारे दोस्त भी ने साढ़े अच्छे दोस्त ने सही जी बहुत प्यारे दोस्त ने साढ़े उन्हां दा मोटरसाइकिल सी जी उन्हां दे कोल उन्हां दा मैं मोटरसाइकिल लिया बूरे वाले आया वह दवाइयां लियां दवाइयां लै के चले गया जाके कबूतर नूं बनाउणा शुरू कीता रात 11 बजे कबूतर ने पहली पचकार मारी जदों कबूतर ने पचकार मारी उस्ताद ने उस्ताद थले जमीन पर बैठा होया सी उस्ताद कोई तकरीबन 3 फुट बुड़ के उन्हें कहा सवेरे स्वाद कर दूगा पता लग जूगा दुनिया नूं दुल्ले ने मोड़िया वा कबूतर अल्लाह दे हुक्म दे नाल कबूतर नूं रात बनाया सवारिया जी बना सवार के मेहनत की सवेरे छड़िया सवेरे दो पहले दिन 2 बजे डिग्गा तो मूदा पै गया दूसरे दिन 2 बजे जितया तो 4:30 बजे बैठा क्या बात हाँ जी तो फिर उस्ताद ने उदों इस तरह थापी दे के कहा सी उन्हें कहा जा मतलब उदों मैं अज नहीं सी पढ़िया उदों मैं सिर्फ असलम ही सी उन्हें कहा जा असलम जिंदगी दे विच अल्लाह दे हुक्म नाल तेरा पाकिस्तान दे विच ऐसा ना होगा दुनिया याद करूगी भी कोई प्लेयर आ कबूतर तुसी मोड़िया सी जी मोड़िया उस्ताद ने मोड़िया मैं लेकिन उस्ताद दी निगरानी दे विच उस्ताद मेरे नाल सन जी उस्ताद की निगरानी दे विच उदों एवें ही उस्ताद दी पगा दित्ती जी बिल्कुल उस्ताद की निगरानी दे विच मैं अपने तौर पर मैनू बिल्कुल कोई पता नहीं सी उस्ताद जो कुछ कही गया मैं वह कुछ करी गया अल्लाह की जात पाक जदों इज्जत दे खस खस जिन्ना कदर ना मेरा तो साहिब नू वडियाईयां मैं गलियां दा कूड़ा रूड़ा यारो महल चढ़ाया साइयां क्या बात गल समझियो जी चढ़ते पंजाब वाले भी याद रखेंगे कि किसी उस्ताद ने इंटरव्यू दिता हाँ जी तो ये गल ये आ जदों तुसी अपने पीरो मुरशद की इज्जत करते हो रिस्पैक्ट देंदे हो ना जी बिना मुरशदा राह ना थामन वो दूधा बाज ना रिज दी खीर मियाँ पीर वारे शाह सरकार लिखे आ उन्हां वलियां ने लिखिया होया वा जिन्हां दे विच एक मतलब मामूली भी मतलब फर्क वाली बात नहीं हैगी ये गल बिल्कुल ठीक है बिना मुर्शदा राह नहीं हाथ आउंदे ये गल बिल्कुल ठीक है पानी दे विच सवेर तो लैके चौल पा के तुरे फिर वह खीर बन जू नहीं उदों ही बननी है जदों दुध पैना तो ये उन्हां उस्तादां दीआं मेहरबानियां दा सदका वा अज एक आम असलम उस्ताद जी मोहम्मद असलम के नाँ तो पुकारिया जाता वा ये उन्हां दीआं मुहब्बतां दा सदका माशाअल्लाह जी
उस्ताद मोहतरम इस तरीके पाके मिले। हाँ जी बिल्कुल, मैं जी मेरे उस्ताद ने शाबाशे दी तो उन्हें कहा जा आज तो तू उस्ताद हो गया माशाल्लाह अल्लाह के हुक्म दे नाल ओ कह दिता तो तुसी उस्ताद हो गया जी बिल्कुल बिल्कुल। सब तो एक शानदार मैं ना यकीन करने वाला एक वाक्य तुहानू सुनाउणा है बहुत सुनिया जी वाक्य सुनने वाला यह बड़ा शानदार वाक्य है जी। इमरान भाई कबूतर छुट गया पंजी जिन्हां दे विचों छे कबूतर मुड़ गए बाकी कबूतर हार गए जिन्हां दे विच साडा बच्चा भी मुड़ गया लोगों के कबूतर बह गए शाम नूं साढ़े छे बजे या छे बजे की बराबरी सी मेरे शिगिरद का बच्चा रात बैठा ना जिस टाइम बैठा ना सवेरे मतलब यह भी उठे तो वह बच्चा आ गया जी जी शिगिरद का नाम आ जी मियाँ जवाद मियाँ पीजन क्लब गोजरा सही 370 घनिया पिंड का ना सही जी गोजरे दे रहन वाले आ मियाँ जवाद गोजरे गोजरे वाला मियाँ पीजन क्लब साफ मतलब इस वास्ते दसदा वा भी दोस्त अगर तस्दीक करना चाहन तो करके स्वाद लैन। हाँ जी इसलिए मैं गया। हाँ जी उन्हां दा बच्चा मतलब ये आ भी सवेरे हथी आया तो टाइम थोड़ा रह गया कबूतरां नूं ओला लगन दे विच टाइम थोड़ा रह गया उन्हें मैनूं फोन किया भी उस्ताद जी आ गल आ मैं क्या परेशान का तू है यार तू तू मोड़ इहनूं उन्हें कहा जी मोड़ा कादे नाल मैं क्या जी फलां फलां चीज़ां लिया लिया के इहनूं दे सही जी ते पंजां मिंटां दे विच कबूतर मुड़ जाएगा उन्हें क्या उस्ताद जी क्यों जी गल कर दे जो पांच मिनट हाँ उन्हें क्या जी सारी रात कबूतर नूं भाफां दित्ती जाईदियां सारी रात गद्दियां लाई जाईदियां मेहनत करी दी ते कबूतर मुड़दा नहीं जी तुसी पंजा मिंटां दी गल कर दे ओ मैं क्या जी तुसी करो तो सही सही जी खैर जी मेरा बच्चा सी ओ गया उन्हें जाके ओ चीज़ां लियांदियां लिया ये बहुत शानदार और बड़ा ये मतलब ना पाकिस्तान का बड़ा रौला पिया इस मोड़ का सही जी हाँ उस इलाके दे विच लोग जिहड़े मतलब मुखालफ लोग सन ना जी वह भी उन्होंने भी अप्रीशिएट किया इस गल क्या बात है उन्होंने मैं वो जनाब उन्हें मोड़िया मोड़ के उन्होंने छड़ दिता इमरान भाई बच्चा उड़ना शुरू हो गया शाम नूं जिहड़े मतलब यह भी रात दे मुड़े हुए सी उन्होंने दिन किया जिहड़ा बच्चा पंजा मिंटां च मोड़िया सी उन्हें उन्हां नालों चंगा दिन किया क्या बात ओ शाम नूं अपनियां टांगियां ते घर बह गए ओ बच्चा रात फिर बाहर रह गया ओ फिर दोबारा बाहर ओ बाहर रह गया अगले दिन हथी आया दिन चढ़ गया अगले दिन हथी आया अगले दिन उन्हूं फिर मोड़िया फिर रात बाहर रह गया अगले दिन फिर उन्हूं मोड़िया चार साढ़े चार पांच बजे दा जित्या रात साढ़े अठ बजे घर बैठा नहीं 370 घनिया मियाँ जवाद गोजरा टेलीफोन जिथों मर्जी जड़ा मर्जी बंदा सब तस्दीक कर लवे क्या बात हाँ जी तो ये टेलीफोन ते मुड़वाया सीगा जी टेलीफोन ते ही मोड़िया सी ये अल्लाह पाक दा करम है इहदे च मेरा कोई कमाल नहीं जी मेरा कोई कमाल नहीं उस्तादां दी खिदमत दा सदका ते अल्लाह दी करम नवाजी बेशक जिन्हों चाहे इज्जतां ला दे वाती इज्जो मंतशा वाती जिल्लो मंतशा भैया दिल खैर ठीक है हजूर ये 2000 वैसे तो बाद दियाँ चलो बई किते छड़ियाँ किते जित गए किते हार गए एर की मीए जवाद होना दा रिजल्ट जड़ा सीगा बहुत ज्यादा अच्छा रहा ए वाकई यादगार वाकया बनदा जी जी हाँ ये बहुत अच्छा जी मेरा सवाल लिखिया नहीं अच्छा जी मैं भूल जाना कोई गल नहीं हुक्म करो ए वो कबूतर जिहड़ा मुड़िया पंजा मिंटा च मैं ये कहना कि वह कबूतरां दा बच्चा होएगा भी चंगा मैं तुहानूं एक गल दसां जी ये बहुत ही शानदार सवाल आ जिहड़े दोस्त सुनदे पए आ ये वो गल गौर नाल सुनन ये गल बहुत शानदार आ ये एक मेन पॉइंट आ देखो मैं तुहानूं एक गल दसां कबूतर अच्छे कबूतरां दे बच्चे ही बाजियां जितदे आ हाँ ये गल सच्ची है जी साढ़े दोस्त ने बड़े अच्छे हाजी अब्दुल मजीद साहब जी जी वो कहंदे ने मैं हर वक्त एक फिकरा बोलता भी हाँ हाँ नस्लां मोहरां लवांदियां जी खुराकां उड़दियां बेशक नसीब जितदे बेशक जितना कुछ होर शै आ
लेकिन कबूतरां दी परवाज जिहड़ी आ ओह कबूतरां दे ब्लड दे विच हुंदी आ। हर कबूतर नूं चुंझ लगी आ, हर कबूतर नूं पर लगे आ, हर कबूतर नूं दुंब लगी आ, लेकिन परवाज कबूतर दे ब्लड दे विच आ। ਹਾਂਜੀ ਬਹੁਤ ਵੱਡਾ ਰਾਜ਼ ਆ ਜਿਹੜਾ। ਠੀਕ ਹੈ ਜੀ। ਹਾਂਜੀ ਨਹੀਂ ਜੀ, ਇਹ ਦੋਸਤਾਂ ਨੂੰ ਦੱਸਣਾ ਚਾਹੀਦਾ, ਆਪਣੇ ਕਬੂਤਰ ਅੱਛੇ ਬਣਾਓ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਬੜੀ ਪਿਆਰੀ ਜੀ ਗੱਲ ਦੱਸਦਾ। ਗੱਲ ਇਹ ਆ ਵੀ ਕੁਛ ਕਬੂਤਰ ਐਸੇ ਹੁੰਦੇ ਆ, ਉਹਨਾਂ ਨੂੰ ਤੁਸੀਂ ਪਹਿਲੇ, ਮੇਰੀ ਜ਼ਿੰਦਗੀ ਦਾ ਤਜੁਰਬਾ, ਪਹਿਲੇ ਦਿਨ ਛੱਡੋਗੇ ਟੱਕ ਦੇਣ ਕਰਨਗੇ। ਹਾਂਜੀ ਟੱਕ, ਲੇਕਿਨ ਜਦੋਂ ਤੁਸੀਂ ਮੋੜੋਗੇ ਉਹ ਮੁੜਨਗੇ ਨਹੀਂ। नहीं जनाब, नहीं उन्हां दे ब्लड दे विच मुड़ना नहीं हैगा। कबूतरां दा मुड़ना भी कबूतरां दे ब्लड दे विच आ। मतलब के मोड़ वाले कबूतर ही होर आ। हाँ मोड़ वाले कबूतर ही, जिवें तुसीं कह दिंदे हो ना जी कबूतर सावन भादरों वाले आ जी, आ आ कबूतर जेठ हाड़ वाले आ जी, आ कबूतर वसाख वाले आ जी। ਮਿਸਾਲ ਦੇ ਤੌਰ ਤੇ ਗਰਮੀ ਵਾਲੇ ਅਗਰ ਅਸੀਂ ਉਡਾ ਲਈਏ ਜਿਵੇਂ ਦੇ ਅੱਜ ਕੱਲ੍ਹ ਦੇ ਮੌਸਮ ਨੇ, ਉਹ ਬਹਿਣੇ ਨਹੀਂ। ਜੀ ਜੀ ਮੈਂ ਇੱਕ ਅਰਜ਼ ਕਰਾਂ ਜੀ, ਕੁਛ ਕਬੂਤਰ ਹੁੰਦੇ ਨੇ ਉਸਤਾਦ, ਲੋਕ ਇਹ ਗੱਲ ਕਰਦੇ ਹੁੰਦੇ ਸਨ ਵੀ ਆਹ ਲੋ ਵਾਲੇ ਕਬੂਤਰ ਨੇ, ਲੋ ਚੱਲਦੀ ਪਈ ਆ, ਇਹ ਕਬੂਤਰ ਯਾਰ ਲੋ ਦੇ ਵਿੱਚ ਉੱਡਦੇ ਨੇ। ਠੀਕ ਆ ਜੀ। ਕੁਛ ਕਬੂਤਰ ਐਸੇ ਹੁੰਦੇ ਆ ਰਸਮੇ ਦਿਨਾਂ ਦੇ, ਜਾਂ ਬੱਦਲ ਲਾਹੌਰ ਆ ਗਿਆ ਉਹਨਾਂ ਨੇ ਇੱਥੇ ਦਿਨ ਮਾਰ ਦੇਣਾ। ਸਹੀ ਆ ਜੀ। ਠੀਕ ਆ ਜੀ। ਅਤੇ ਜੇ ਦੱਖਣ ਲਾਹੌਰ ਚੱਲ ਗਿਆ ਉਹਨਾਂ ਨੇ ਇੱਥੇ ਖੁੰਜਾਂ ਲੱਭਦੇ ਫਿਰਨਾ ਵਾ ਵੀ ਵੜੀਏ ਕਿੱਧਰ ਨੂੰ। ਕਿਆ ਬਾਤ ਹੈ। ਠੀਕ ਹੈ ਜੀ। ਇਸੇ ਹੀ ਤਰ੍ਹਾਂ ਜਨਾਬ ਕਬੂਤ ਬਲੱਡ ਦਾ ਅੱਛਾ ਹੋਣਾ ਬਹੁਤ ਜ਼ਰੂਰੀ ਆ। ਕਬੂਤਰ ਅੱਛੇ ਬਣਾਓ ਫਿਰ ਉਸਤਾਦ ਜਿਹੜਾ ਹੈ ਉਹ ਕਬੂਤਰ ਬਣਾਉਂਦਾ ਹੈ। ਹਾਂਜੀ ਕਬੂਤਰ ਜਿਹੜੇ ਅੱਛੇ ਆ ਨਾ ਜੀ ਉਹ ਉਸਤਾਦਾਂ ਦਾ ਨਾਂ ਕੱਢਦੇ ਆ। ਇੱਦਾਂ ਹੀ ਆ ਜੀ। ਹਾਂ ਜਿਹੜੀਆਂ ਕਮਜ਼ੋਰ ਜਿਹੜੇ ਕਬੂਤਰ ਨੇ ਉਹ ਯਾਰ ਤਿੰਨਾਂ ਥੱਲੇ ਹਰ ਗਏ, ਪੰਜਾਂ ਥੱਲੇ ਹਰ ਗਏ, ਸੱਤਾਂ ਥੱਲੇ ਹਰ ਗਏ, ਉਹ ਭਾਈ ਉੱਡਦੇ ਜ਼ਰੂਰ ਨੇ। ਜਦੋਂ ਕੱਲੀਆਂ ਘੋੜੀਆਂ ਦੌੜਦੀਆਂ ਸਪੀਡ ਬੜੀ ਤੇਜ਼ ਲੱਗਦੀ ਆ, ਅਤੇ ਜਦੋਂ ਘੋੜੀਆਂ 'ਚ ਘੋੜੀਆਂ ਦੌੜਨ ਫਿਰ ਭਾਈ ਪਤਾ ਲੱਗਦਾ ਵੀ ਨਹੀਂ ਯਾਰ ਇਹ ਤਾਂ ਘੱਟ ਸਨ। ਇਸ ਵਾਸਤੇ ਦੋਸਤਾਂ ਨੂੰ ਇਹ ਬਹੁਤ ਬੜਾ ਸਬਕ ਆ ਬਈ ਦੋਸਤੋ ਅੱਛੇ ਕਬੂਤਰ ਬਣਾਓ। ਫਿਰ ਇੱਕ ਹੋਰ ਚੀਜ਼ ਆ, ਕੁਛ ਦੋਸਤਾਂ ਦਾ ਮਤਲਬ ਵੀ ਸੋਚ ਆ ਵੀ ਬੰਦੇ ਗੱਲ ਕਰਦੇ ਨਸਲਾਂ ਕੀ ਹੋਈਆਂ ਜੀ, ਉਹ ਭਾਈ ਉਹ ਨਸਲੀ ਮਤਲਬ ਆ ਵੀ ਨਸਲ ਤਾਂ ਕੁੱਤਾ ਨਹੀਂ ਚੰਗਾ ਹੁੰਦਾ ਵਾ, ਤੁਸੀਂ ਕਬੂਤਰ ਲੱਭਦੇ ਫਿਰਦੇ ਜੇ। ਬਹੁਤ ਵੱਡੀ ਗੱਲ ਕਰਦੇ। ਹਾਂਜੀ ਗੱਲ ਇਹ ਆ ਨਸਲੀ ਹੋਣਾ ਬੇਹੱਦ ਜ਼ਰੂਰੀ ਆ ਕਬੂਤਰਾਂ ਦਾ। ਅਗਰ ਤੁਸੀਂ ਇੱਜ਼ਤ ਪਾਉਣੀ, ਇੱਜ਼ਤ ਮੇਰੇ ਰੱਬ ਦੇਣੀ ਆ, ਦਵੇ ਅਤੇ ਬੇਨਿਆਜ਼ ਆ ਚਿੱਕੜ ਚਿੱਕੜ ਭਰੀਆਂ ਗੱਲ ਲਾਵੇ, ਲੇਕਿਨ ਗੱਲ ਇਹ ਆ ਬਈ ਅੱਛੇ ਕਬੂਤਰ ਹੀ ਉਸਤਾਦਾਂ ਦਾ ਅੱਛਾ ਨਾਂ ਬਣਾਉਂਦੇ ਆ। ਬਸ ਮਤਲਬ ਇਹ ਵਾ ਉਸਤਾਦ ਜੀ ਮੈਂ ਤੁਹਾਡੀ ਗੱਲ ਨੂੰ ਵਧਾਉਣਾ, ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੀ ਗੱਲ ਨਾਲ ਜੋੜਦਾ। ਚੰਗਾ ਕਬੂਤਰ ਆ ਨਾ ਜੀ, ਹਾਂਜੀ, ਉਹ ਮਾੜੇ ਖਿਲਾੜੀ ਨੂੰ ਵੀ ਜਿਤਾ ਜਾਏਗਾ। ਬੇਸ਼ੱਕ ਮਾੜਾ ਕਬੂਤਰ ਆ ਅਤੇ ਉਹ 100 ਖਿਲਾੜੀ ਵੀ ਰਲ ਜਾਂਦੇ। ਮੈਂ ਇੱਕ ਅਰਜ਼ ਕਰਾਂ ਜੀ, ਮੈਂ ਇੱਕ ਅਰਜ਼ ਕਰਾਂ, ਇੱਕ ਦਫ਼ਾ ਦੀ ਗੱਲ ਆ, ਉਸਤਾਦ ਦੁੱਲੇ ਲੁਹਾਰ ਦਾ ਇੱਕ ਕਬੂਤਰ ਹੋਇਆ ਬੁੱਢਾ ਸ਼ੇਰ। ਬੁੱਢਾ ਸ਼ੇਰ ਜ਼ਿੰਦਗੀ ਦੇ ਵਿੱਚ ਕਬੂਤਰ ਜਦੋਂ ਬੁੱਢਾ ਸ਼ੇਰ ਛੁੱਟਦਾ ਸੀਗਾ ਜੀ, ਅੱਲਾ ਨੇ ਉਹਦਾ ਨਸੀਬ ਐਸਾ ਲਿਖਿਆ ਹੋਇਆ ਸੀਗਾ ਕਬੂਤਰਾਂ ਨੂੰ ਢਾ ਲੈਂਦਾ ਸੀ ਉਹ, ਭਾਵੇਂ ਜਿਸ ਤਰ੍ਹਾਂ ਵੀ ਮਰਜ਼ੀ ਹੋਵੇ। ਸਹੀ। ਇੱਕ ਦਫ਼ਾ ਸੀਜ਼ਨ ਆਊਟ ਹੋ ਗਿਆ ਸੀ, ਮਸਲਨ ਜਿਸ ਤਰ੍ਹਾਂ ਹੋਣ ਵਾ ਸਾਵਣ ਭਾਦਰੋਂ ਵਾ, ਸਾਰਾ ਸੀਜ਼ਨ ਕਬੂਤਰ ਉੱਡਿਆ, ਸੀਜ਼ਨ ਆਊਟ ਹੋ ਗਿਆ, ਕਬੂਤਰ ਦੇ ਜਿਹੜੇ ਮਤਲਬ ਕਬੂਤਰ ਕਰੀਜ਼ 'ਚ ਆ ਗਿਆ ਜਾਂ ਤਬੀਅਤ ਕਬੂਤਰ ਦੀ ਖਰਾਬ ਹੋ ਗਈ, ਉਸਤਾਦ ਨੇ ਕਬੂਤਰ ਦੜੇ 'ਚ ਲਿਆ ਛੱਡਿਆ। ਸਹੀ। ਕਬੂਤਰ ਜਦੋਂ ਛੱਡਿਆ ਸਵੇਰੇ ਤੰਗ ਹੋ ਗਿਆ, ਸੁਬਾਹ ਤੰਗ ਹੋ ਗਿਆ ਕਬੂਤਰ, ਸੁਬਾਹ ਤੰਗ ਹੋ ਗਿਆ। ਦੋਸਤਾਂ ਨੇ ਆਖਿਆ ਯਾਰ ਦੁੱਲਿਆ ਤੇਰਾ ਕਬੂਤਰ ਨਾ ਲਾ, ਇਹਨੂੰ ਬਿਠਾ ਲਾ, ਨਾ ਬੇਇੱਜ਼ਤ ਕਰਾ, ਹਰੇਗਾ ਕਬੂਤਰ। ਉਹਨੇ ਕਿਹਾ ਯਾਰ ਜਦੋਂ ਤੰਗ ਹੋਇਆ ਬਿਠਾ ਲਾਂਗੇ। ਫਿਰ ਦੋਸਤਾਂ ਨੇ ਕਿਹਾ ਉਸਤਾਦ ਦੁੱਲੇ ਨੇ ਬੜੀ ਸ਼ਾਨਦਾਰ ਇੱਕ ਗੱਲ ਕੀਤੀ, ਬੜੀ ਖੂਬਸੂਰਤ ਗੱਲ ਔਰ ਮੈਨੂੰ ਜ਼ਿੰਦਗੀ 'ਚ ਯਾਦ ਰਹਿ ਗਈ। ਉਸਤਾਦ ਦੁੱਲੇ ਨੇ ਕਿਹਾ, ਉਹਨੇ ਕਿਹਾ ਗੱਲ ਸੁਣੋ ਮੇਰੀ ਬੇਲੀਓ, ਉਹਨੇ ਕਿਹਾ ਸਾਰੀ ਜ਼ਿੰਦਗੀ ਬੁੱਢੇ ਸ਼ੇਰ ਨੂੰ ਜਿੱਤਦਿਆਂ ਦੇਖਿਆ, ਅੱਜ ਮੈਂ ਦੇਖਾਂ ਤਾਂ ਸਹੀ ਇਹਦੇ ਖੂਨ ਦੇ ਵਿੱਚ ਇਹ ਹਰਦਾ ਕਿਵੇਂ ਆ। ਕਿਆ ਬਾਤ ਆ ਯਾਰ। ਉਹ ਮੈਂ ਦੇਖਾਂ ਤਾਂ ਸਹੀ ਜੇ ਤੰਗੀਆਂ ਬਣਨ ਤਾਂ ਫਿਰ ਇੱਕ ਇਹ ਤੰਗੀ ਕਿਵੇਂ ਕੱਢਦਾ, ਖੁਦਾ ਜਾਣਦਾ ਵਾ। 1 ਵੱਜ ਗਿਆ, 2 ਵੱਜ ਗਿਆ, 3 ਵੱਜ ਗਿਆ, 4:30 ਵਜੇ ਫਿਰ ਬੁੱਢਾ ਸ਼ੇਰ ਹੀ ਜਿੱਤਿਆ, ਤੰਗ ਹੋ ਕੇ ਵੀ ਉਹੀ ਜਿੱਤ ਗਿਆ। ਆਏ ਕਬੂਤਰ ਨੂੰ ਆਪਣੇ ਲਹਿੰਦੇ ਪੰਜਾਬ 'ਚ ਕਿਸ ਤਰੀਕੇ ਨਾਲ ਸੰਭਾਲਦੇ ਨੇ ਜਾਂ ਤੁਸੀਂ ਕਿਸ ਤਰੀਕੇ ਨਾਲ ਸੰਭਾਲਦੇ? ਅਸਲ ਗੱਲ ਇਹ ਆ ਵੀ ਸੰਭਾਲਦੇ ਮੁਖਤਲਿਫ ਟਾਈਮ ਨੇ,
संभाल दे मुख्तलिफ टाइम ने हीट दे विच होर तरह कबूतर नूं सांभिया जांदा, रस्में दिनों दे विच कबूतर नूं होर तरह सांभिया जांदा। अच्छा फिर नडाल कबूतरों नूं होर तरह सांभिया जांदा। अगर सेहतमंद कबूतर बैठा वा हुण एक एक हाथ नाल ते अली इमरान नूं तुसीं नहीं ना सांभ सकदे। अगर तुसीं एक हाथ नाल सांभोगे फिर ते तां ओह तां मामला ठीक ना ना रहा। इह गल सच्ची है। हाँ जी इह गल सच्ची है। हाँ बिल्कुल मोड़ दा भी यही तरीका है। उधरों 45-46 मतलब है भी हरारत आ गर्मी आ ते तुसी रात नूं गद्दियां लाओ नहीं बणदियां। सवेर नूं उहने गिठ गिठ बग पटिया होना। हाँ जी ते जे मतलब है भी 36-37 दर्जा हरारत आ रात नूं तुसी सुते रहो सवेर नूं उहने नहीं उठना। इह गल सच्ची है। इह गल सच्ची है जी। मतलब जिवें जिवें दर्जा हरारत आ उवें उवें सांभा ने उवें उवें काढ़ा वा उवें उवें मोड़ आ। ते जेड़े बंदे इको गल ते ही लग गए लकीर दे फकीर हो गए ओह फिर घाटे च पुत रह गए। सही गल है। हाँ मेरे तजुर्बे के मुताबिक कामयाब वो लोग ही ने जिन्हां ने दर्जे हरारत नूं मद्देनजर रखिया ते उहदे पीरो मुरशद ने उहनूं उस दर्जा हरारत दे मुताबक दस्या। क्या बात। ਉਹ ਲੋਕ ਕਾਮਯਾਬ ਹੋ ਗਏ। ਕਾਮਯਾਬ ਜਿੱਤਾਂ ਹਾਰਾਂ ਮੇਰੇ ਰੱਬ ਦੇ ਵਸ ਨੇ ਬੇਸ਼ੱਕ। ਲੇਕਿਨ ਤੁਹਾਡੇ ਕੋਲ ਇਲਮ ਦਾ ਹੋਣਾ ਬੇਹੱਦ ਜ਼ਰੂਰੀ ਆ। ਜ਼ਰੂਰੀ ਹੈ। ਦੇਖੋ ਜੀ ਉਸਤਾਦ ਹੋਰਾਂ ਨੇ ਚਾਰ ਤਰ੍ਹਾਂ ਦੀ ਕਬੂਤਰ ਦੀ ਸਾਂਭ ਦੇ ਮੁਤਲਕ ਗੱਲ ਕੀਤੀ ਕਿ ਯਾਰ ਜਿਹੜਾ ਗਰਮੀ 'ਚ ਕਬੂਤਰ ਉੱਡ ਕੇ ਆਉਂਦਾ ਉਹਦੀ ਸਾਂਭ ਦਾ ਤਰੀਕਾਕਾਰ ਹੋਰ, ਜਿਹੜਾ ਕਬੂਤਰ ਰਸਵੇਂ ਦਿਨ ਜਿਹਨੂੰ ਅਸੀਂ ਕਹਿੰਦੇ ਨਾਰਮਲ ਮੌਸਮ ਉਹ ਕਬੂਤਰ ਉੱਡ ਕੇ ਆਇਆ ਉਹਦੀ ਸਾਂਭ ਦਾ ਤਰੀਕਾਕਾਰ ਹੋਰ, ਜਿਹੜਾ ਕਬੂਤਰ ਬਿਲਕੁਲ ਜ਼ੋਰ ਲਾ ਕੇ ਆਇਆ ਆਪਣੇ ਵਾਈਟ ਸੈੱਲ ਉਹਨੇ ਖਤਮ ਕਰ ਲਏ ਰੈੱਡ ਸੈੱਲ ਵੀ ਖਤਮ ਕਰਨ ਤੀਕਰ ਚਲਾ ਗਿਆ, ਮਤਲਬ ਕਿ ਉਹਦੀ ਹੱਡੀ 'ਤੇ ਲਾਲ ਲੈਣਾ ਆ ਗਈਆਂ, ਉਹਦੀ ਸੰਭਾਲ ਦਾ ਤਰੀਕਾ ਹੋਰ। ਬੇਸ਼ੱਕ ਇੱਕ ਕਬੂਤਰ ਆ ਜਿਹੜਾ ਕਬੂਤਰ ਸਾਡਾ ਬਿਲਕੁਲ ਫਿੱਟ ਆ ਕੇ ਬਹਿ ਗਿਆ ਉਹਨੂੰ ਵੀ ਸੰਭਾਲਣਾ ਪੈਂਦਾ, ਉਹਦੀ ਸੰਭਾਲ ਦਾ ਤਰੀਕਾ ਹੋਰ। ਮਾਸ਼ਾਅੱਲਾ ਜੀ ਉਸਤਾਦ ਜੀ ਤੁਸੀਂ ਬਹੁਤ ਬਿਹਤਰੀਨ ਗੱਲ ਕੀਤੀ, ਮੈਂ ਤੁਹਾਡੀ ਗੱਲ ਦੀ ਬਿਲਕੁਲ ਤਾਇਦ ਕਰਦਾ। ਹਾਂਜੀ ਹਾਂਜੀ ਉਸਤਾਦ ਜੀ ਚਲੋ ਇਹ ਤੇ ਗੱਲ ਹੋ ਗਈ। ਇੱਕ ਕਬੂਤਰ ਸਾਡਾ ਕਈ ਦੋਸਤ ਅਹਿਬਾਬ ਨੇ 2-3 ਦਿਨ ਦੀ ਰੋਕ ਹੋ ਗਈ ਉਹ ਪਾਣੀ ਦੇ ਵਿੱਚ ਕਬੂਤਰ ਉਹਨਾਂ ਨੇ ਪਾਈ ਹੁੰਦੇ, ਮਤਲਬ ਕਿ ਪਾਣੀ ਚੁਕਾਇਆ ਹੁੰਦਾ, 2-3 ਦੀ ਰੋਕ ਤੋਂ ਬਾਅਦ ਫਿਰ ਪਾਣੀ ਦੇ ਕੇ ਤੇ ਛੱਡਤਾ, ਕਬੂਤਰ ਸੁੱਜ ਕੇ ਆ ਕੇ ਬਹਿ ਗਿਆ ਜਾਂ ਕੱਚੇ ਕਬੂਤਰ ਨੂੰ ਪਾਣੀ ਦੇ ਦਿੱਤਾ। ਕਬੂਤਰ ਸੁੱਜਣਾ ਉਦੋਂ ਹੀ ਆ ਜਦੋਂ ਕਬੂਤਰ ਨੂੰ ਕਬਜ਼ ਹੋਣੀ। ਕਿਆ ਬਾਤ। ਕਬੂਤਰ ਦਾ ਪਾਣੀ ਰੁਕਦਾ ਵਾ, ਕਬੂਤਰ ਜ਼ੋਰ ਲਾਉਂਦਾ ਰਹਿੰਦਾ ਵਾ, ਕਬੂਤਰ ਦਾ ਪਾਣੀ ਨਿਕਲਦਾ ਨਹੀਂ, ਕਰਾਸ ਨਹੀਂ ਹੁੰਦਾ, ਕਬੂਤਰ ਦੇ ਜਿਸਮ 'ਚ ਪਾਣੀ ਆ ਜਾਂਦਾ। ਕਿਆ ਬਾਤ। ਉਹਨੂੰ ਅਸੀਂ ਸੁੱਜਣਾ ਕਹਿ ਦਿੰਦੇ ਹਾਂ ਜਾਂ ਪਾਣੀ ਆ ਗਿਆ ਕਹਿ ਦਿੰਦੇ ਹਾਂ। ਕਿਆ ਬਾਤ ਹੈ ਜੀ। ਬਾਅਦ ਔਕਾਤ ਇੰਨਾ ਕੁ ਕਬੂਤਰ ਸੁੱਜ ਜਾਂਦੇ ਨੇ ਵੀ ਉਹ ਵਿਚਾਰੇ ਕਬੂਤਰ ਘਰ ਵੀ ਨਹੀਂ ਪਹੁੰਚ ਸਕਦੇ, ਬਾਹਰੋਂ ਲਿਆਉਣੇ ਪੈਂਦੇ ਚੱਕ ਕੇ, ਉਹਨਾਂ ਦੇ ਕੁੰਦੇ ਪਰ ਜਿਹੜੇ ਆ ਉਹ ਇੰਨੇ ਕੁ ਮਤਲਬ ਛਲ ਹੋ ਜਾਂਦੇ ਨੇ ਬਈ ਉਹ ਕਬੂਤਰ ਘਰ ਨਹੀਂ ਪਹੁੰਚ ਸਕਦਾ, ਜੋੜਾਂ 'ਚ ਵੀ ਪਾਣੀ ਪੈ ਗਿਆ ਉਹਨਾਂ ਜੀ। ਉਹਨੂੰ ਕਹਿੰਦੇ ਆ ਸੁੱਜਣਾ। ਸੁੱਜਣਾ ਜੀ ਜੀ ਆ। ਅਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਵੀ ਇੱਥੋਂ ਤਿੱਕਰ ਕਬੂਤਰ ਨੂੰ ਆਉਣ ਨਹੀਂ ਦੇਈਦਾ, ਨਹੀਂ ਦੇਈਦਾ ਹੁੰਦਾ। ਸਭ ਤੋਂ ਪਹਿਲਾਂ ਕਬੂਤਰ ਦੇ ਜਿਸਮ ਦਾ ਪਾਣੀ ਜਿੰਨਾ ਚਿਰ ਖੁਸ਼ਕ ਨਾ ਹੋ ਜਾਵੇ ਉਹਨਾਂ ਚਿਰ ਕਬੂਤਰ ਨੂੰ ਪਾਣੀ ਨਹੀਂ ਚੁਕਾਉਣਾ ਚਾਹੀਦਾ, ਨਹੀਂ ਚੁਕਾਉਣਾ ਚਾਹੀਦਾ। ਜੇ ਅਗਰ ਤੁਸੀਂ ਪਾਣੀ ਚੁਕਾਉਣਾ ਵਾ ਪਹਿਲਾਂ ਪਾਣੀ ਕੁੰਦਿਆਂ ਦਾ ਜਿਸਮ ਦਾ ਖੁਸ਼ਕ ਕਰਕੇ ਕਬੂਤਰ ਪੂਰੀ ਤਰ੍ਹਾਂ ਵਗ ਜਾਵੇ, ਕਬੂਤਰ ਦੇ ਅੰਦਰ ਦਾ ਗੰਦ ਨਿਕਲ ਜਾਵੇ ਫਿਰ ਕਬੂਤਰ ਨੂੰ ਪਾਣੀ ਚੁਕਾਓ। ਜਿਸ ਦਿਨ ਤੁਸੀਂ ਪਾਣੀ ਚੁਕਾਓਗੇ ਪਹਿਲਾਂ ਕਬੂਤਰ ਜਦੋਂ ਤੁਸੀਂ ਅਡਾਉਂਦੇ ਹੋ ਪਰਵਾਜ਼ ਵਧਾਉਂਦਾ ਜਾਂਦਾ ਜਿਵੇਂ ਜਿਵੇਂ ਪਾਣੀ ਖੁਸ਼ਕ ਹੁੰਦਾ ਜਾਂਦਾ ਕਬੂਤਰ ਪਰਵਾਜ਼ ਘਟਾਉਂਦਾ ਆਉਂਦਾ, ਜਦੋਂ ਕਬੂਤਰ ਪਰਵਾਜ਼ ਘਟਾ ਜਾਵੇ ਜਿਸ ਦਿਨ ਤੁਸੀਂ ਪਾਣੀ ਲਾਓਗੇ ਅੱਲਾ ਦਾ ਹੁਕਮ ਹੋਇਆ ਹਿੱਟ ਮਾਰੂਗਾ, ਜਿੰਨੀ ਕਬੂਤਰ ਦੇ ਵਿੱਚ ਪਰਵਾਜ਼ ਹੋਊਗੀ ਅੱਲਾ ਦੇ ਹੁਕਮ ਨਾਲ ਕੱਢ ਕੇ ਤੁਹਾਨੂੰ ਦਿਖਾ ਦੂਗਾ। ਕਿਆ ਬਾਤ ਜੀ। ਆ ਕਬੂਤਰ ਦੇ ਜਿਸਮ ਦੇ ਪਾਣੀ ਖੁਸ਼ਕ ਕਰਨ ਦੀ ਮਤਲਬ ਕਰਨ ਦਾ ਫਾਇਦਾ।
उहदे तों बाद खदान खासा अगली गल आपां करदे जिहड़ी ओरिजिनल आ ਉਹ ਇਹ ਆ ਵੀ ਅਗਰ ਕਿਸੇ ਦੋਸਤ ਦਾ ਕਬੂਤਰ ਮਤਲਬ ਆ ਵੀ ਸੁੱਜ ਜਾਵੇ ਉਹਦੇ 'ਤੇ ਕੋਈ ਗੋਲੀ ਕੋਈ ਕਾੜਾ ਕੋਈ ਸ਼ੈ ਕਾਰਗਰ ਨਾ ਹੋਵੇ ਕੋਈ ਨੁਸਖਾ ਕਾਰਗਰ ਹੀ ਨਾ ਹੋਵੇ ਕਾਰਗਰ ਨਾ ਹੋਵੇ ਉਹਨੂੰ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਵਾ ਵੀ ਇੱਕ ਕੈਪਸੂਲ ਲੈ ਲੈਣਾ ਖਾਲੀ ਖਾਲੀ ਪੰਸਾਰ ਤੋਂ ਪੰਸਾਰ ਤੋਂ ਇੱਕ ਕੈਪਸੂਲ ਲੈ ਲੈਣਾ ਖਾਲੀ ਉਹਦੇ ਵਿੱਚ ਫਿਰ ਓਰੀਜਨਲ ਅਸਲੀ ਲਾਲ ਮਿਰਚ ਪੀਸੀ ਹੋਈ ਉਹ ਜਿਹੜਾ ਵਾ ਕੈਪਸੂਲ ਭਰ ਲੈਣਾ ਕਿਆ ਬਾਤ ਹੈ ਭਰ ਕੇ ਉਹਨੂੰ ਬੰਦ ਕਰ ਲੈਣਾ ਬੰਦ ਕਰਕੇ ਰਾਤ ਨੂੰ ਉਹ ਕਬੂਤਰ ਨੂੰ ਦੇ ਕੇ ਉੱਤੋਂ 2 CC ਪਾਣੀ ਗਰਮ ਦੇ ਦੇਣਾ ਕੋਸਾ ਪਾਣੀ ਜਿਹਦੇ ਨਾਲ ਮੂੰਹ ਨਾ ਚੱਲੇ ਹੁੰਦਾ ਜੀ ਆ ਦੇ ਕੇ ਰਾਤ ਨੂੰ ਢੱਕ ਦੇਣਾ ਵਾ ਸਵੇਰੇ ਅੱਲਾ ਦਾ ਹੁਕਮ ਹੋਵੇ ਜ਼ਿੰਦਗੀ ਦੇ ਵਿੱਚ ਉਹ ਕਬੂਤਰ ਨਾਲ ਸੁੱਜੂਗਾ ਭਾਵੇਂ ਜਿੰਨਾ ਮਰਜ਼ੀ ਪਾਣੀ ਦਿੱਤੀ ਜਾਇਆ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਜੀ ਸਾਡੇ ਚੜ੍ਹਦੇ ਪੰਜਾਬ ਵਾਲੇ ਵੀ ਸ਼ੁਕਰੀਆ ਅਦਾ ਕਰਨਗੇ ਤੁਹਾਡਾ ਕਿ ਤੁਸੀਂ ਬਹੁਤ ਹੀ ਅੱਛਾ ਨੁਸਖਾ ਸ਼ੇਅਰ ਕਰਤਾ ਜੀ ਮੈਂ ਤਾਂ ਇਹਨਾਂ ਨੂੰ ਕਹਾਂਗਾ ਕਿ ਆਪਣੀ ਕਿਸੇ ਡਾਇਰੀ 'ਤੇ ਲਿਖ ਲਵੋ ਕਿਤੇ ਇਹ ਕੰਮ ਆਏਗਾ ਤੁਹਾਡੇ ਔਰ ਇਨਸ਼ਾਅੱਲਾ ਤਾਲਾ ਇਹ ਮਜਰਬ ਤਜੁਰਬਾ ਕੀਤਾ ਹੋਇਆ ਨੁਸਖਾ ਵਾ ਕਿਆ ਬਾਤ ਇਹ ਕੋਈ ਐਵੇਂ ਨਹੀਂ ਵੀ ਜਿਵੇਂ ਮਤਲਬ ਨਹੀਂ ਇਹ ਇੱਕ ਮਜਰਬ ਅਤੇ ਉਸਤਾਦ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗੇ ਕਿ ਜਿਹੜੇ ਸਾਡੇ ਸ਼ੌਕੀਨ ਹਜ਼ਰਾਤ ਨੇ ਉਹਨਾਂ ਦੇ ਵਾਸਤੇ ਇੱਕ ਖੂਬਸੂਰਤ ਜਿਹਾ ਮੈਸੇਜ ਲਾਜ਼ਮੀ ਦਿਓ ਜੀ ਅਸਲ ਗੱਲ ਇਹ ਆ ਯਾਰ ਮੈਸੇਜ ਇਹ ਆ ਬਈ ਕਬੂਤਰਬਾਜ਼ੀ ਮੁਹੱਬਤ ਦਾ ਸ਼ੌਕ ਆ ਅਤੇ ਯਾਰ ਮੁਹੱਬਤ ਨਾਲ ਹੀ ਕਰੋ ਮੁਹੱਬਤ ਨਾਲ ਹੀ ਇਹ ਕਰਨਾ ਚਾਹੀਦਾ ਸਾਨੂੰ ਸਾਡੇ ਉਸਤਾਦਾਂ ਨੇ ਇਹ ਹੀ ਚੀਜ਼ ਦੱਸੀ ਵੀ ਜੇ ਛੋਟਾ ਵਾ ਤਾਂ ਸ਼ਫਕਤ ਕਰੋ ਜੇ ਬਰਾਬਰ ਦਾ ਵਾ ਤਾਂ ਉਹਨੂੰ ਪਿਆਰ ਕਰੋ ਜੇ ਵੱਡਾ ਵਾ ਤਾਂ ਉਹਦਾ ਅਦਬ ਕਰੋ ਅਦਬ ਕਰੋ ਜੀ ਖਸੂਸਨ ਉਹਨਾਂ ਲੋਕਾਂ ਦਾ ਅਦਬ ਕਰੋ ਜਿਨ੍ਹਾਂ ਦਾ ਨਾਂ ਉਸਤਾਦੀ ਦੇ ਵਿੱਚ ਆ ਜਾਵੇ ਉਸਤਾਦ ਕਿਸੇ ਦਾ ਵੀ ਹੋਵੇ ਉਹ ਉਸਤਾਦ ਹੁੰਦਾ ਬੇਸ਼ੱਕ ਇਹ ਸੱਚੀ ਗੱਲ ਯਾਰ ਉਹਦਾ ਇਹਤਰਾਮ ਲਾਜ਼ਮ ਹੋ ਜਾਂਦਾ ਅਤੇ ਪੁੱਤ ਬਖਤ ਉਹਨਾਂ ਲੋਕਾਂ ਨੂੰ ਹੀ ਲੱਗਦੇ ਆ ਜਿਨ੍ਹਾਂ ਲੋਕਾਂ ਨੇ ਇੱਜ਼ਤ ਕੀਤੀ ਜੋ ਕੁਝ ਤੁਸੀਂ ਦੇਣਾ ਵਾ ਵਾਪਸ ਤੁਹਾਨੂੰ ਉਹ ਹੀ ਆਉਣਾ ਵਾ ਪੈਗਾਮ ਇਹ ਆ ਵੀ ਯਾਰ ਤੁਸੀਂ ਇੱਜ਼ਤ ਕਰੋ ਅਤੇ ਇੱਜ਼ਤ ਕਰਵਾਓ ਅੱਜ ਕੱਲ੍ਹ ਬਾਜ਼ੀਆਂ ਪੈ ਜਾਂਦੀਆਂ ਕਾਰੀਆਂ ਬਾਜ਼ੀਆਂ ਕਰ ਲੈਂਦੇ ਹੋ ਕੋਈ ਦੂਸਰਾ ਦੋਸਤ ਵੀ ਉਹਦੇ ਕੋਲ ਜਾ ਕੇ ਬਹਿ ਜਾਵੇ ਅਤੇ ਉਹਦੇ ਨਾਲ ਬੁਗਜ਼ ਬਣਾ ਲੈਂਦਾ ਉਹ ਭਾਈ ਕੋਈ ਇਹ ਤਰੀਕਾ ਨਹੀਂ ਜੇ ਤੁਹਾਡਾ ਮੁਖਾਲਿਫ ਹੀ ਨਾ ਹੋਵੇਗਾ ਤੁਸੀਂ ਸ਼ੌਕ ਕਿੱਥੋਂ ਕਰੋ ਕਿੱਥੋਂ ਕਰੋਗੇ ਇੱਕ ਹੋਰ ਚੀਜ਼ ਆ ਅੱਜ ਕੱਲ੍ਹ ਅੱਛੇ ਮੁਖਾਲਿਫ ਦਾ ਮਿਲਣਾ ਬਹੁਤ ਔਖਾ ਤੁਹਾਡਾ ਮੁਖਾਲਿਫ ਅਗਰ ਅੱਛਾ ਹੋਵੇਗਾ ਤੇ ਹੀ ਤੁਹਾਡਾ ਅੱਛਾ ਨਾਂ ਬਣੇਗਾ ਅੱਛਾ ਨਾਂ ਬਣੇਗਾ ਜੀ ਬੇਸ਼ੱਕ ਇੱਦਾਂ ਹੀ ਆ ਠੀਕ ਆ ਇਸ ਵਾਸਤੇ ਆਪਣੇ ਮੁਖਾਲਿਫ ਨੂੰ ਅੱਛਾ ਰੱਖੋ ਆਪਣੇ ਮੁਖਾਲਿਫ ਨੂੰ ਇੱਜ਼ਤ ਦਿਓ ਤਾਂ ਕਿ ਉਹ ਵੀ ਤੁਹਾਡੀ ਇੱਜ਼ਤ ਕਰੇ ਤੁਹਾਡਾ ਸ਼ੌਕ ਜਿਹੜਾ ਵਾ ਉਹ ਬਰਕਰਾਰ ਰਹੇ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਇੱਜ਼ਤ ਦੇਵੇ ਇੱਜ਼ਤ ਕਰੋ ਅਤੇ ਇੱਜ਼ਤ ਯਾਰ ਕਰਵਾਓ ਬਹੁਤ ਸ਼ੁਕਰੀਆ ਦੇ ਨਾਲ ਜਨਾਬ ਬਹੁਤ ਸ਼ੁਕਰੀਆ ਅਸਲਾਮ ਵਾਲੇਕਮ ਜੀ ਬੜੀ ਮਿਹਰਬਾਨੀ ਜੀ ਉਸਤਾਦ ਮੋਹਤਰਮ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਹਾਡੇ ਨਾਲ ਕਬੂਤਰਬਾਜ਼ੀ ਦੇ ਮੁਤਲਕ ਖੂਬਸੂਰਤ ਔਰ ਦਿਲਚਸਪ ਗੱਲਾਂ ਸੁਣਨ ਨੂੰ ਲੱਭੀਆਂ ਸਾਨੂੰ ਅਤੇ ਬੜਾ ਹੀ ਮਜ਼ਾ ਆਇਆ ਉਮੀਦ ਕਰਾਂਗਾ ਕਿ ਸਾਡੇ ਸ਼ੌਕੀਨ ਭਰਾ ਜਿਹੜੇ ਸਾਡੇ ਚੈਨਲ ਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਮਜ਼ਾ ਆਏਗਾ ਅਸੀਂ ਹੁਣ ਤੁਹਾਡੇ ਤੋਂ ਜ਼ਿਆਦਾ ਚਾਹਾਂਗੇ ਕਿ ਤੁਸੀਂ ਆਪਣਾ ਅਤੇ ਆਪਣੇ ਪਿਆਰਿਆਂ ਦਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜੇ ਅਗਰ ਜ਼ਿੰਦਗੀ ਨੇ ਵਫਾ ਕੀਤੀ ਔਰ ਤੁਹਾਡੀ ਦੁਆਵਾਂ ਦਾ ਸਾਥ ਰਿਹਾ ਇਨਸ਼ਾਅੱਲਾ ਤਾਲਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਨਵਾਂ ਇੰਟਰਵਿਊ ਲੈ ਕੇ ਹਾਜ਼ਰ ਹੋਵਾਂਗੇ ਜੀ ਇਜਾਜ਼ਤ ਚਾਹਾਂਗੇ ਵਸਲਾਮ।